ਸਾਰਿਆਂ ਨੂੰ ਵੱਡੀ ਸਮੱਸਿਆ ਤੇ ਇਹ ਹੈ ਕਿ ਜਿਹੜੇ ਪਿੱਛੇ ਪੰਜਾਬ ਨਿਰਮਾਣ ਦੇ ਗਵਰਨਮੈਂਟ ਆਫ ਪੰਜਾਬ ਨੇ ਪੈਸੇ ਦਿੱਤੇ ਸੀ, ਸਾਡੇ ਇਸ ਹਲਕੇ ਨੂੰ ਤਕਰੀਬਨ 5.5 ਕਰੋੜ ਰੁਪਈਆ ਮਿਲਿਆ ਸੀ, ਕੁਝ ਐਮਪੀ ਲੈਡ ਫੰਡਸ ਦੇ ਪੈਸੇ ਸਨ, ਤਕਰੀਬਨ 6.5 ਕਰੋੜ ਰੁਪਈਆ ਜਿਹੜਾ ਕਾਦੀਆਂ ਦੇ ਵੱਖ ਵੱਖ ਪਿੰਡਾਂ ਦੇ ਵਿਕਾਸ ਵਾਸਤੇ, ਵਿਸ਼ੇਸ਼ ਤੌਰ ਗਰੀਬ ਵਰਗ ਦੇ, ਸਾਡੇ ਈਸਾਈ ਭਾਈਚਾਰਾ, ਸਾਡੇ ਦਲਿਤ ਭਰਾ, ਸਾਡੇ ਪਿੰਡਾਂ ਦੇ ਨਿਕਾਸ ਦੇ ਪ੍ਰਬੰਧਾਂ ਦੇ ਪੈਸੇ, ਸਾਡੇ ਛੱਪੜਾਂ ਦੀ ਸਫਾਈ ਦੇ ਪੈਸੇ, ਮੈਨੂੰ ਬਹੁਤ ਅਫਸੋਸ ਹੈ ਕਿ ਮੌਜੂਦਾ ਸਰਕਾਰ ਨੇ ਇਹ ਇੱਕ ਬਦਲੇ ਦੀ ਭਾਵਨਾ, ਮੈਂ ਸਮਝਣਾ ਅਫਸੋਸ ਦੀ ਗੱਲ ਹੈ, ਰਵਾਇਤੀ ਪਾਰਟੀਆਂ 'ਤੇ ਕੰਮ ਕਰਦੀਆਂ ਮੈਂ ਵੇਖੀਆਂ ਸੀ ਅਤੇ ਸੁਣੀਆਂ, ਨਵੀਂ ਪਾਰਟੀ ਉਸ ਨੂੰ, ਮੈਂ ਉਦੋਂ ਸਾਹਿਬ ਭਗਵੰਤ ਸਿੰਘ ਮਾਨ ਜੀ ਨੂੰ ਉੱਥੇ ਵੀ ਅਪੀਲ ਕੀਤੀ, ਸਾਹਿਬ ਕੁਲਦੀਪ ਸਿੰਘ ਧਾਲੀਵਾਲ ਨੂੰ ਵੀ ਕਿਹਾ, ਧਾਲੀਵਾਲ ਸਾਹਿਬ ਵੱਡੇ ਬਣੋ, ਵੱਡਾ ਦਿਲ ਵਿਖਾਓ, ਇਹਨਾਂ ਗਰਾਂਟਾਂ ਨਾਲ ਕੁਝ ਨਹੀਂ ਬਣਨਾ, ਤੁਸੀਂ ਤਾਂ ਜਵਾਨੀ ਨਹੀਂ ਸੀ ਵੰਡੀ ਤਾਂ ਤੁਹਾਨੂੰ ਲੋਕ ਲੈ ਆਏ, ਅਤੇ ਜਿਹਨਾਂ ਕਰੋੜਾਂ ਰੁਪਈਏ ਲੋਕਾਂ ਦੇ ਲੱਗ ਲੈਣ ਦਿਓ, ਜੇ ਕਿਤੇ ਕੋਈ ਇਨਕੁਆਇਰੀ ਕਰਾਉਣੀ ਤਾਂ 100% ਹੀ ਕਰਾਓ ਜਿੱਥੇ ਕੋਈ ਕੰਮ ਗਲਤ ਹੋਇਆ, ਅਤੇ ਜਿਹੜੇ ਜੈਨੂਅਨਲੀ 99% ਪੰਚਾਇਤਾਂ ਜਾਂ ਸ਼ਹਿਰ ਦੇ ਅੱਛੀ ਤਰ੍ਹਾਂ ਕੰਮ ਹੋ ਰਹੇ ਉਹਨਾਂ ਨੂੰ ਰੋਕਣ ਦਾ ਮਕਸਦ ਕੋਈ, ਜੇ ਰੋਕਣਗੇ ਫਿਰ ਸਾਨੂੰ ਮਜਬੂਰਨ ਕਚਹਿਰੀਆਂ ਵਿੱਚ ਵੀ ਜਾਣਾ ਪਏਗਾ। ਅਸੀਂ ਆਪਣੇ ਪਹਿਲੇ ਹੀ ਦੱਸਿਆ ਸੀ ਕਿ ਨਿਰਾ ਝੂਠ ਦੇ ਬੁਨਿਆਦ 'ਤੇ ਸਰਕਾਰ ਬਣੀ, ਝੂਠ 'ਤੇ ਬੁਨਿਆਦ, ਪਹਿਲੀ ਗਰੰਟੀ ਸੀ ਕਿ ਪਹਿਲੇ ਦਿਨ ਕੇਜਰੀਵਾਲ ਸਾਹਿਬ ਦੀ, ਜਿੱਦਣ ਮੈਂ ਆਇਆ 300 ਯੂਨਿਟ ਬਿਜਲੀ ਦਾ ਹਰ ਪੰਜਾਬੀ ਨੂੰ ਫ੍ਰੀ ਹੋਏਗਾ, ਅੱਜ ਇੱਕ ਮਹੀਨਾ ਹੋ ਚੁੱਕਾ, ਤੁਸੀਂ ਬਿਜਲੀ ਇਹਨਾਂ ਨੇ ਦੇਣੀ ਕੀ ਸੀ, ਬਿਜਲੀ ਤਾਂ ਵੈਸੇ ਗੁੱਲ ਹੋ ਗਈ। ਮੈਂ ਹੁਣੇ ਫੁੱਲੜੇ ਪਿੰਡ 'ਚੋਂ ਆਇਆ, ਬੇੜ ਦੇ ਪਿੰਡਾਂ 'ਚੋਂ ਆਇਆ, ਉੱਥੇ ਬਿਜਲੀ ਆਈ ਨੂੰ 5-5, 6-6 ਦਿਨ ਹੋ ਗਏ, ਟਿਊਬਵੈੱਲਾਂ ਨੂੰ ਹੁਣ ਜਿੱਥੇ 8 ਘੰਟੇ ਇਹਨਾਂ ਨੇ ਕਿਹਾ ਸੀ ਅਸੀਂ ਬਿਨਾਂ ਕੱਟ ਤੋਂ 8 ਘੰਟੇ ਬਿਜਲੀ ਦਾਂਗੇ, ਇਸ ਟਾਈਮ 2-3 ਘੰਟੇ ਬਿਜਲੀ ਆ ਰਹੀ ਹੈ, ਬਿਜਲੀ ਦੇ ਵੱਡੇ ਕੱਟ ਆ ਰਹੇ ਨੇ। ਅਗਲੀ ਗਰੰਟੀ ਸੀ, ਇਹਨਾਂ ਨੇ ਗੱਲ ਕਹੀ ਕਿ 1 ਦਿਨ ਤਾਂ ਮੈਨੂੰ ਵਕਤ ਦਿਓ, ਕੇਜਰੀਵਾਲ ਸਾਹਿਬ ਨੂੰ ਮੈਂ ਯਾਦ ਕਰਾਉਣਾ ਚਾਹੁੰਦਾ, ਕੇਜਰੀਵਾਲ ਸਾਹਿਬ ਤੁਸੀਂ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਵਾਰੀ ਵਾਰੀ ਗੱਲਾਂ ਕਰਕੇ ਐਵੇਂ ਗੱਲਾਂ ਹੀ ਕਹਿ ਦਿੱਤੀਆਂ, ਇੱਕ ਵਾਰ ਸਾਨੂੰ ਦਿਓ, ਤੁਸੀਂ ਇਹ ਗੱਲ ਸਮੁੱਚੀ ਪੰਜਾਬੀ ਕੌਮ ਨੂੰ ਇਹ ਯਕੀਨ ਦਵਾਇਆ ਸੀ ਕਿ ਮੈਨੂੰ 24 ਘੰਟੇ ਦਾ ਟਾਈਮ ਚਾਹੀਦਾ। ਬਰਗਾੜੀ ਅਤੇ ਬਹਿਬਲ ਕਲਾਂ ਦੇ ਜਿਹੜੇ ਦੋਸ਼ੀ ਨੇ, ਜਿਹਨਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕੀਤੀਆਂ, ਉਹਨਾਂ 24 ਘੰਟਿਆਂ ਦੇ ਵਿੱਚ ਮੈਂ ਲੋਕਾਂ ਸਾਹਮਣੇ ਨਸ਼ਰ ਕਰ ਦੂੰਗਾ। ਅੱਜ 1 ਮਹੀਨਾ ਗੁਜ਼ਰ ਚੁੱਕਿਆ, ਤੁਹਾਡੇ ਕੰਨ 'ਤੇ ਕਿਸੇ ਦੇ ਜੂਮ ਹੀ ਨਹੀਂ ਸਰਕੀ, ਤੁਸੀਂ ਨਾਮ ਹੀ ਕਦੀ ਨਹੀਂ ਲਿਆ ਕਿਸੇ ਦਾ। ਮੈਂ ਤੁਹਾਨੂੰ ਉਹੀ ਤੁਹਾਨੂੰ ਕਹਿਣ ਦੀ ਲੋੜ ਨਹੀਂ, ਮੈਂ ਅਗਲੀ ਗੱਲ ਦੱਸਣ ਲੱਗਾ, 4 ਕਤਲ ਤਾਂ ਮੇਰੇ ਏਰੀਏ 'ਚ ਕੱਲ੍ਹ ਹੋਏ ਨੇ, ਹਰ ਰੋਜ਼ ਤੁਸੀਂ ਵੇਖ ਰਹੇ ਹੋ। ਹੁਣ ਗੈਂਗਸਟਰਸ ਦੀ ਇੱਕ ਇਹਨਾਂ ਬਣਾ ਦਿੱਤੀ ਹੈ ਕਿ ਇੱਕ ਸਕੁਆਡ ਬਣਾਇਆ ਜਾਏਗਾ ਜਿਹੜਾ ਗੈਂਗਸਟਰਸ ਨੂੰ ਇੱਕ ਇਹਦੇ ਲੱਭਾਂਗੇ ਅਤੇ ਇਹਨਾਂ 'ਤੇ ਐਕਸ਼ਨ ਲਿਆ ਜਾਏਗਾ। ਕਿੱਥੋਂ ਲੱਭਣ ਲੁਭਾਉਣ ਦੀ ਕੋਈ ਖੇਡ ਹੀ ਹੈ ਨਹੀਂ ਇਹਨਾਂ 'ਤੇ। ਵੇਖੋ ਦੂਜੀ ਗੱਲ, ਪਹਿਲੀ ਮੈਂ ਦੱਸਾਂ, ਪਹਿਲੀ ਸਾਹਿਬ ਭਗਵੰਤ ਸਿੰਘ ਮਾਨ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ, ਮਾਨ ਸਾਹਿਬ ਪਹਿਲੇ ਆਪਣੇ ਪੁਲਿਸ ਸਟੇਸ਼ਨਾਂ ਦੀ ਨਫਰੀ ਪਤਾ ਕਰੋ, ਕਾਨੂੰ ਆਉਣ ਦੀ ਲੈ ਲਓ, ਮੈਂ ਆਪਣੇ ਏਰੀਏ ਦੀ ਗੱਲ ਕਰੀ, ਜਿਹੜੇ ਪੁਲਿਸ ਸਟੇਸ਼ਨ 'ਚ 100 ਬੰਦਾ ਤੈਨਾਤ ਚਾਹੀਦਾ ਉੱਥੇ 50 ਵੀ ਹੈ ਨਹੀਂ, ਕੋਈ ਬੰਦਾ ਲਾਅ ਐਂਡ ਆਰਡਰ ਨੂੰ ਧਿਆਨ ਮਾਰਨ ਵਾਸਤੇ ਤਾਂ ਬੰਦਾ ਹੀ ਕੋਈ ਨਹੀਂ। ਇਸ ਪੁਲਿਸ ਸਟੇਸ਼ਨ 'ਚ ਭੈਣੀ ਮੀਆਂ ਖਾਂ 'ਚ ਇੱਕ SHO ਦੀ ਦਸਤਾਰ ਲਾਈ ਗਈ, ਉਹਦੇ ਕੱਪੜੇ ਫਾੜੇ ਗਏ, ਉਹ ਦੋਸ਼ੀਆਂ 'ਤੇ ਅਜੇ ਤੱਕ ਤੁਸੀਂ ਕਾਰਵਾਈ ਕੋਈ ਨਹੀਂ ਕੀਤੀ, ਤੁਸੀਂ ਗੈਂਗਸਟਰਸ 'ਤੇ ਕਾਰਵਾਈ ਕੀ ਕਰੋਗੇ ਜੀ? ਦੋਸ਼ੀ ਇੱਥੇ ਫਰੀ ਫਿਰਦੇ ਨੇ, ਇੱਕ ਸਰਵਿੰਗ SHO ਦਸਤਾਰ ਲਾ ਕੇ ਉਹਦੀ ਵਰਦੀ ਪਾੜ ਕੇ, ਤੇ ਕਿਹੜਾ ਗੈਂਗਸਟਰ ਤੁਹਾਡੇ ਕੋਲ ਡਰੇਗਾ? ਜੇ ਕੋਈ ਇਹਨਾਂ ਦੋਸ਼ੀਆਂ 'ਤੇ ਕੋਈ ਕਾਰਵਾਈ ਕਰੋਗੇ ਤਾਂ ਕੋਈ ਗੈਂਗਸਟਰ 'ਤੇ ਕੋਈ ਡਰ ਖੌਫ ਹੋਏਗਾ? ਤੋ ਹਰ ਪਾਸਿਓਂ 1 ਮਹੀਨੇ ਦੇ ਵਿੱਚ ਹੀ ਲੋਕਾਂ ਦਾ ਚਾਅ ਉਤਰ ਗਿਆ। ਤੁਸੀਂ ਵੇਖੋ ਅਗਲੀ ਗਰੰਟੀ ਦਿੰਦੇ ਨੇ ਕੇਜਰੀਵਾਲ ਸਾਹਿਬ, ਅਤੇ ਪੈਸੇ ਮੰਗਣ ਭਗਵੰਤ ਸਿੰਘ ਮਾਨ ਮੋਦੀ ਸਾਹਿਬ ਕੋਲ ਜਾਂਦੇ ਨੇ ਕਿ ਗਰੰਟੀ ਦੇਣਗੇ ਕੇਜਰੀਵਾਲ ਜੀ, ਅਤੇ ਪੈਸੇ ਮੋਦੀ ਸਾਹਿਬ ਕੋਲ ਲੱਭਦੇ ਫਿਰਦੇ, ਕੋਈ ਹੋਣਾ ਸਿਰ ਜੀ? ਟੋਟਲੀ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਬੁਨਿਆਦ ਝੂਠ 'ਤੇ, ਜਦੋਂ ਝੂਠ ਦੀ ਬੁਨਿਆਦ 'ਤੇ ਗੱਲਾਂ ਆਉਂਦੀਆਂ ਨੇ ਉਹਦਾ ਜੋ ਹਸ਼ਰ ਹੋਣਾ। ਤੁਸੀਂ ਆਉਂਦੇ, ਤੁਸੀਂ ਟੀਚਰਸ 'ਤੇ ਪਹਿਲੀ ਵਾਰ ਲਾਠੀਚਾਰਜ ਕਿਸਾਨਾਂ 'ਤੇ ਹੋ ਚੁੱਕਿਆ, ਜਿਨ੍ਹਾਂ ਦੀਆਂ ਵੋਟਾਂ ਸਾਰਿਆਂ ਨੂੰ ਵੱਡੇ ਪੈਮਾਨੇ 'ਤੇ ਲਈਆਂ, ਸਾਡਾ ਗਰੀਬ ਕਿਸਾਨ ਆਪਣੀ ਗੱਲ ਕਰਦਾ ਹੋਇਆ ਉੱਥੇ ਲਾਠੀਚਾਰਜ ਲੰਬੀ ਹਲਕੇ 'ਚ ਹੋਇਆ। ਹੁਣ ਟੀਚਰਸ 'ਤੇ ਕੱਲ੍ਹ ਦਾ ਇੱਕ ਕੇਸ ਰਜਿਸਟਰ ਹੋ ਗਿਆ, ਜਿਹੜੇ ਬੰਦੇ ਇਹ ਸਾਰਿਆਂ ਨੂੰ ਵੱਧ ਇੰਪਲੋਈਜ਼ ਨੇ ਪੰਜਾਬ ਦੇ ਮੁਲਾਜ਼ਮਾਂ ਨੇ ਪੱਬਾਂ ਭਾਰ ਹੋ ਕੇ ਸਰਕਾਰ ਲੈ ਕੇ ਆਉਂਦੀ, ਤਾਂ ਮੈਂ ਉਹਨਾਂ ਬੇਨਤੀ ਕਰੂੰਗਾ ਜੇ ਥੋੜ੍ਹੇ ਤੁਸੀਂ 1-2 ਮਹੀਨਾ ਹੀ ਖਲੋਇਓ, ਤੁਸੀਂ ਵੇਖਿਓ ਸਾਰਿਆਂ ਨੂੰ ਪਹਿਲੇ ਇਹ ਉਹਨਾਂ ਨੂੰ ਹੀ ਪੈਣੇ ਸ਼ੁਰੂ।